ਖਵਾਈਆਂ
ਕੰਜਕਾਂ ਤੇ ਨਾ ਹੀ ਪੰਡਿਤ ਵਾਲੇ ਮੇਰਾ ਜੀ ਨਾਂ ਨਾਲ ਤਾਰੀ ਨਾ ਸਾਥ ਦੇਣਾ ਜੀ ਹੋਏ ਅਸਾਂ ਤੇਰੇ ਨਾਲ ਲਾਈ ਹੋਈ ਮੈਨੂੰ ਲੱਗ ਗਿਆ ਇਸ਼ਕ ਫਕੀਰੀ।
सारे खुशियां बख्शे, किसी को कोई भी दुख ना आए। ये मेले जाके किसे कैसे करवाए जाते हैं। कलाकारों बात सुन ली, कलाकार तो परे आ, हुक्म कर देना तो आ जाना जी। इन्होंने दर्द के उत्ते हुक्म किया, हाजरी लगी आ, इन्ना का मेरा टाइम से ठीक है जी। पैरी होना जी चिट्टे बाने में सरकार होंदियां जय मस्तां दी बोलो तो बाबा जी दे इसे ही दरबार से जो नवी टेप आ रही है उसका टाइटल सोंग इतने उसकी शूटिंग हो चुकी है। वो सरकारों का आशीर्वाद मिले है, दोनों का जोड़ा राति मेल का मैं वेखिया है। उन्हें गीतों की गायक सुरीली आवाज जिद शायर लिखता है कि पंछी हवा के उड़ सकता है जिदे पर परवाज हो, स्रोतिया उ कलाकार कील सकता है जिंद प्यारी जी और मिट्टी जी आवाज हो। फकीर का आगमन होया साई सुखे शाह जी कोट बादल खां तो, साई कमल जी नूर महल तो दरबार, पीर बाबा चिराग शाह जी होर भी फकीर रूह पहुंचिया ने, सब नू सजदा सलाम। प्याओ इंतजार दिया घड़िया नू खत्म करिए। वो मिट्टी जी आवाज मेरी मराठ मैडम रवीना रूबी जी चरणों के सजदा सलाम। फिर आओ वो आवाज सुनिए मैडम रवीना
ਰੂਬੀ ਜੀ ਠੀਕ ਹੈ ਜੀ ਵਿਨੋਦ ਪੱਪੀ ਜੀ ਜਿਹੜੇ ਰਾਤ ਤੋਂ ਇਸ ਦਰਬਾਰ ਦੀ ਡਿਊਟੀ ਕਰ ਰਹੇ ਨੇ ਤਾਂ ਸਜਦਾ ਕਰੀਏ ਸਾਈ ਸੁਰਿੰਦਰ ਸ਼ਾਹ ਜੀ ਜਿਹੜੇ ਇਸ ਦਰਬਾਰ ਦੇ ਗੱਦੀ ਨਸ਼ੀਨ ਨੇ ਸੇਵਾਦਾਰ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰਾ ਹੀ ਕਾਰਜਕ੍ਰਮ ਚੱਲ ਰਿਹਾ ਤਾਂ ਮੈਂ ਖੜੇ ਜਿੰਨੇ ਦੋਸਤ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਬੈਠਣ ਦੀ ਕਿਰਪਾਲਤਾ ਕਰੋ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿਉਂਕਿ ਇਹ ਮੈਟ ਜੋ ਜੇ ਬੈਠ ਕੇ ਇਸ ਮੇਲੇ ਨੂੰ ਵੇਖੀਏ ਤੇ ਹੋਰ ਵੀ ਵਧੀਆ ਲੱਗੇਗਾ ਤੇ ਆਓ ਫਿਰ ਉਹ ਆਵਾਜ਼ ਨੂੰ ਤੁਹਾਡੇ ਸਨਮੁਖ ਕਰੀਏ ਮੈਡਮ ਰਵੀਨਾ ਰੂਬੀ ਜੀ ਸਭ ਤੋਂ ਪਹਿਲਾਂ ਉਹ ਗੁਰਸ਼ਿਤ ਨੂੰ ਯਾਦ ਕਰੀਏ ਜਿਸ ਮੁਰਸ਼ਿਦ ਦੇ ਚਰਨਾਂ ਦੇ ਵਿੱਚ ਆਪਾਂ ਬੈਠੇ ਹਾਂ ਲੋਕਾਂ ਦਾ ਕੰਮ ਕੰਮ ਕਹਿਣਾ ਤੇ ਕਹਿੰਦਿਆਂ ਰਹਿਣਾ ਹੈ ਸਾਡੀ ਨਗੱਜੇ ਪੀਣ ਨਾਲ ਲੱਗੀ ਨਜ਼ਾਰਾ ਲੈਣਾ ਕਿਉਂਕਿ ਜਦੋਂ ਮੁਰਸ਼ਿਦ ਦੇ ਨਾਲ ਲੱਗ ਜਾਂਦੀ ਹੈ ਫਿਰ ਐਸੀਆਂ ਉਹ ਰੂਹਾਂ ਦੇ ਦੀਦਾਰ ਕਰਨ ਲਈ ਪੈ ਜਾਂਦੇ ਆ ਸਾਡੇ ਕੋਲੇ ਵੀ ਦੇ ਦਰਬਾਰ ਤੋਂ ਬਹੁਤ ਸਾਰਾ ਪਿਆਰ ਜੀ ਤੈ ਦਿਲੋਂ ਸ਼ੁਕਰੀਆ ਦਾ ਨੌ ਵਜਾ ਪੀਸ਼ਾ ਤਾਰੀ ਦਾਤਾ ਦੇ ਚਰਨਾਂ ਦੇ ਵਿੱਚੋਂ ਬਹੁਤ ਸਾਰਾ ਪਿਆਰ ਕਿਉਂਕਿ ਜਿੰਨਾ ਵੀ ਪਿਆਰ ਮਿਲਿਆ ਹੈ ਇਹ ਤੁਹਾਡੀ ਕਰਮ ਨਵਾਜ਼ੀ ਦੇ ਨਾਲ ਬਹੁਤ ਸਾਰਾ ਪਿਆਰ ਮੋਹਲੀਆਂ ਦੀਆਂ ਮਹਿਫਲਾਂ ਦੇ ਵਿੱਚੋਂ ਮਿਲਿਆ ਹੈ ਕਹਿੰਦੇ ਕਿ ਮੈਂ ਮੇਰੀ ਨੂੰ ਮਾਰ ਕੇ ਮਿੱਟੀ ਵਾਂਗੂ ਕੁੱਟ ਪਰ ਇਹ ਖਜ਼ਾਨੇ ਮੁਰਸ਼ਦ ਦੇ ਤੂੰ ਨੀਵਾਂ ਹੋ ਕੇ ਲੋੜ ਕਿਉਂਕਿ ਜੋ ਵੀ ਮਿਲਦਾ ਹੈ ਉਹਦੇ ਚਰਨਾਂ ਦੇ ਵਿੱਚੋਂ ਨੀਵੇਂ ਹੋ ਕੇ ਮਿਲਦਾ ਹੈ ਔਰ ਇਸ ਖੁਸ਼ੀ ਦੇ ਮੌਕੇ ਤੇ ਨੌ ਗੱਜਾ ਪੀਰੀਸ਼ਾ ਤਾਰੀ ਸਰਕਾਰ ਦੇ ਮੇਲੇ ਦੀਆਂ ਲੱਖ ਲੱਖ ਮਾਰਗਵਾਦ ਔਰ ਮੇਰੇ ਤੋਂ ਪਹਿਲਾਂ ਬੜੀਆਂ ਖੂਬਸੂਰਤ ਆਵਾਜ਼ਾਂ ਔਰ ਮੇਰੇ ਤੋਂ ਬਾਅਦ ਵੀ ਬਹੁਤ ਖੂਬਸੂਰਤ ਆਵਾਜ਼ਾਂ ਲੱਗਣੀਆਂ ਮੈਂ ਦੋ ਤਿੰਨਾਂ ਰਚਨਾ ਦੇ ਨਾਲ ਹਾਜ਼ਰ ਕਰਾਵਾਂਗੀ ਕਿਉਂਕਿ ਬਹੁਤ ਖੂਬਸੂਰਤ ਫਨਕਾਰ ਆਵਾਜ਼ਾਂ ਇੱਥੇ ਪਹੁੰਚੀਆਂ ਦਾਤਾ ਦੇ ਚਰਨਾਂ ਵਿੱਚ ਸਾਰਿਆਂ ਦੀ ਹਾਜ਼ਰੀ ਲੱਗਣੀ ਹੈ ਮੇਰੇ ਗੁੱਟ ਦੇ ਨਾਂ ਪਨਾ ਨੀ ਵੰਗ ਮੇਰੇ ਮਸਤਾਂ ਵਾਲੀ ਚਿੱਟੇ ਬਾਣੇ ਵਿੱਚ ਸਰਕਾਰਾਂ ਹੁੰਦੀਆਂ ਦੋ ਨਾਕਾਂ ਦਾ ਜੋੜਾ ਰਾਤੀ ਮੇਲ ਦਾ ਮੈਂ ਵੇਖਿਆ ਕੁਝ ਨਵੀਆਂ ਰਚਨਾ ਦਾਤਾ ਦੇ ਚਰਨਾਂ ਵਿੱਚ ਮੈਂ ਜ਼ਰੂਰ ਪੇਸ਼ ਕਰਾਂਗੀ ਔਰ ਉਹਨਾਂ ਦੇ ਪੈਰੋਕਾਰ ਸਾਈ ਸੁਰਿੰਦਰ ਸ਼ਾਹ ਜੀ ਸਾਡੇ ਅਰੁਣ ਬਾਬਾ ਜੀ ਕਮਲ ਬਾਬਾ ਜੀ ਪੰਮਾ ਬਾਬਾ ਜੀ ਸਾਡੀ ਮਾਤਾ ਜੀ ਗੋ ਫਕਰ ਰੂਹਾ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ ਜੀ ਆਇਆ ਆਖਦੇ ਆ ਕਿਉਂਕਿ ਦਾਤਾ ਦੇ ਚਰਨਾਂ ਵਿੱਚ ਗੌਸ ਪਾਕੀ ਗਿਆਨੀ ਵਾਲੀ ਸਰਕਾਰ ਦੇ ਚਰਨਾਂ ਦੇ ਵਿੱਚ ਸ਼ੁਰੂਆਤ ਨੀ ਮੇਰੇ ਗੁੱਟ ਦੇ ਨਾਂ ਆਪਣਾ ਵੰਗ ਮੇਰੇ ਮਸਤਾ ਵਾਲੇ ਇੱਕ ਜਿੱਥੇ ਜਿੱਥੇ ਜਗ੍ਹਾ ਮਿਲਦੀ ਸਾਰੇ ਬੜੇ ਅੱਛੇ ਤਰੀਕੇ ਨਾਲ ਬੈਠ ਕੇ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਹਾਜ਼ਰੀਆਂ ਪਾਉਂਦੀਆਂ ਇੱਕ ਖੁੱਲ ਕੇ ਤਾੜੀ ਲਓ ਦਾਤਾ ਦੇ ਨਾਂ ਦੀ ਜਿਹੜੀ ਸੰਗਤ ਬੈਠੀ ਹੈ ਜਕਾਰਾ ਨਾ ਗੱਜਾ ਪੀਰੀ ਸ਼ਾਹ ਵਾਲੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਸਰਕਾਰ ਬਹੁਤ ਸਾਰਾ ਪਿਆਰ ਖਵਾਜ਼ਾ ਪੀਜੇ ਸਰਕਾਰ ਦੇ ਨਾਂ ਤੋਂ ਬਹੁਤ ਸਾਰਾ ਪਿਆਰ ਨੀ ਮੇਰੇ ਗੁੱਟ ਦੇ ਨਾ ਪਿਨਾ ਹਾਈ ਨੀ ਮੇਰੇ ਗੁੱਟ ਦੇ ਨਾ
बहुत सारा नाम जो कि इन्हें पंख जी है पंख का सेक माता जरा चल सकता वही पा सकता है
मौत होगी। रोह पातशाह ने अपने पंडतों को क्या उन्होंने कोई निशानी तो दस जाओ, पता तो होगी कि हथों मेरी मौत होनी है। पंडतों ने कहा 5 फुट कद, जो तुरन के उन्होंने सिर से छां, एक कलब बड़ी गौर के सुन वाला, जो तुरन के उन्होंने सिर से छां, सरकार जो तुरूगी तो धरती नीवी होती जाएगी, क्योंकि शाली सरकार जेड़े शेरे खुदा उन्होंने रोम पातशाह सरकार के बारे सारा ही पता सी, वो अपना कद जेड़े आ छोटा व्डा कर लेंगे सी रोम पातशाह जी। जरा गौर करना एक कलब बड़ी गौर के सुन वाला, आज जी Thank you।
ਆਂਦਾ ਰਹਿੰਦਾ ਤੁਸੀਂ ਜਾਣਦੇ ਹੋ ਸ਼ਾਹ ਵਾਲੀ ਸਰਕਾਰ ਕਹਿੰਦੀ ਹੈ ਟਾਈਮ ਆਵੇਗਾ ਤਾਂ ਦੱਸਾਂਗਾ ਕਿਉਂਕਿ ਸ਼ਾਹ ਵਾਲੀ ਸਰਕਾਰ ਨੂੰ ਰੋਮ ਸ਼ਾਹ ਨੌ ਗੱਜਾ ਵੀ ਜਿਹੜੇ ਉਹਨਾਂ ਰੋਮ ਸ਼ਾਹ ਸਰਕਾਰ ਉਹਨਾਂ ਬਾਰੇ ਸਾਰਾ ਹੀ ਪਤਾ ਸੀ ਕਹਿੰਦੀ ਟਾਈਮ ਆਵੇਗਾ ਤਾਂ ਤੈਨੂੰ ਮੈਂ ਵੀ ਦੱਸ ਦੇਵਾਂਗਾ ਸਰਕਾਰ ਉੱਠ ਕੇ ਚੱਲ ਪੈਂਦੇ ਸ਼ਾਹ ਵਾਲੀ ਸ਼ਰੀਖ ਦਾ ਰੋਮ ਬਾਦਸ਼ਾਹ ਜੀ ਨਾਲ ਚੱਲ ਪੈਂਦੇ ਆ ਹਸਨ ਤੇ ਹੁਸੈਨ ਉਹ ਵੀ ਨਾਲ ਤੁਰੇ ਜਾਂਦੇ ਆ ਰੋਮ ਬਾਦਸ਼ਾਹ ਨੇ ਕੀ ਦੇਖਿਆ ਉਹੀ ਨਿਸ਼ਾਨੀਆਂ ਜਿਹੜੀਆਂ ਉਹਨਾਂ ਨੇ ਆਪਣੇ ਪੰਡਿਤ ਨੂੰ ਸਵਾਲ ਕੀਤਾ ਸੀ ਕਿ ਮੇਰੀ ਕਿਹਦੇ ਹੱਥੋਂ ਮੌਤ ਹੋਊਗੀ ਪੰਡਿਤਾਂ ਨੇ ਸਵਾਲ ਦੱਸਿਆ ਕਿ 5 ਫੁੱਟ ਕੱਦ ਸਿਰ ਤੇ ਸ਼ਾਹ ਜਦੋਂ ਤੁਰਨਗੇ ਨਾ ਧਰਤੀ ਨੀਵੀਂ ਹੁੰਦੀ ਜਾਣੀ ਸ਼ਾਹ ਵਾਲੀ ਸਰਕਾਰ ਜਦੋਂ ਤੁਰਦੇ ਆ ਕਿਉਂਕਿ ਉਹਦੀ ਕਰਮ ਨਵਾਜੀ ਆ ਕਿੱਥੇ ਇੰਨਾ ਜੋ ਬੋਲਣ ਜੋਗੇ ਸੀ ਜਦੋਂ ਉਹਦੀ ਕਰਮ ਨਵਾਜੀ ਹੋ ਜਾਏ ਤਾਂ ਆਪ ਸਤਾਲ ਸਰ ਸ਼ਾਹ ਵਾਲੀ ਸਰਕਾਰ ਜਿੱਦਾਂ ਤੁਰੇ ਜਾਂਦੇ ਰੋਮ ਬਾਦਸ਼ਾਹ ਜੀ ਉਹਨਾਂ ਦੇ ਨਾਲ ਤੁਰੇ ਜਾਂਦੇ ਆ ਰੋਮ ਬਾਦਸ਼ਾਹ ਜੀ ਕੀ ਦੇਖਦੇ ਆ 5 ਫੁੱਟ ਕੱਦ ਸਿਰ ਤੇ ਸ਼ਾਹ ਤੇ ਜਿੱਦਾਂ ਸ਼ਾਹ ਵਾਲੀ ਸਰਕਾਰ ਸ਼੍ਰੀ ਖੁਦਾ ਤੁਰੇ ਜਾਂਦੇ ਆ ਧਰਤੀ ਮੁਰਿਆ ਨੀਵੀਂ ਹੋ ਜਾਂਦੀ ਆ ਸ਼ਾਹ ਵਾਲੀ ਸਰਕਾਰ ਬੋਲੇ ਆਪਣੇ ਅਸਲੀ ਰੂਪ ਵਿੱਚ ਆ ਜਾ ਰੋਮ ਬਾਦਸ਼ਾਹ ਸਰਕਾਰ ਕਿਉਂਕਿ ਉਹਨਾਂ ਨੂੰ ਸਾਰਾ ਪਤਾ ਸੀ ਕਿ ਇਹਨਾਂ ਨੇ ਆਪਣਾ ਕੱਦ ਜਿਹੜਾ ਵੱਡਾ ਛੋਟਾ ਕਰ ਲੈਣਾ ਰੋਮ ਬਾਦਸ਼ਾਹ ਜੀ ਨੂੰ ਕੁਛ ਨਹੀਂ ਸੀ ਪਤਾ ਉਹਨਾਂ ਨੂੰ ਸ਼ਾਹ ਵਾਲੀ ਸਰਕਾਰ ਬਾਰੇ ਵੀ ਨਹੀਂ ਸੀ ਪਤਾ ਫਿਰ ਉਦੋਂ ਪਤਾ ਲੱਗਦਾ ਜਦੋਂ ਉਹ ਜਿਹੜੀਆਂ ਨਿਸ਼ਾਨੀਆਂ ਰੋਮ ਬਾਦਸ਼ਾਹ ਜੀ ਸ਼ਾਹ ਵਾਲੀ ਸਰਕਾਰ ਤੇ ਦੇਖ ਲੈਂਦੇ ਕਹਿੰਦੇ ਆਪਣੇ ਅਸਲੀ ਰੂਪ ਵਿੱਚ ਆ ਜਾ ਰੋਮ ਬਾਦਸ਼ਾਹ ਜੀ ਆਪਣੇ ਅਸਲੀ ਰੂਪ ਵਿੱਚ ਆ ਜਾਂਦੇ ਆ 40 ਗੱਜ ਕੱਦ ਠੀਕ ਆ ਸਰਕਾਰ 40 ਗੱਜ ਕੱਦ ਤੇ 9 ਗੱਜ ਰਹਿਣ ਦਿੰਦੇ ਸ਼ਾਹ ਵਾਲੀ ਸਰਕਾਰ ਜਦੋਂ ਥਾਪਨਾ ਮਿਲਦੀ ਹੈ 9 ਗੱਜੇ ਪੀਰ ਸਰਕਾਰ ਨੂੰ ਕਹਿੰਦੇ 9 ਗੱਜੇ ਪੀਰ ਤੇ ਲੈ ਤੈਨੂੰ ਦੁਨੀਆ ਪੁੱਜੇਗੀ ਤੂੰ ਅਮਰ ਰਹੇਗਾ ਜਕਾਰਾ 9 ਗੱਜੇ ਪੀਰ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਆ ਜਾ ਜੀ ਜਰਾ ਤੈਨੂੰ ਕਹਿੰਦੇ ਨੇ ਨਗਜਾ
प्यार दे नाल कुछ संगत बोला भी कहदियां सन ओ दुनिया तो अकाल चला करके उन्होंने माता जी सम्मान करन जोरदार ताली। सो बड़ा मान बड़ा प्यार पीवी 33D 64 42 पीवी 33D 64 42 Yeah!
ਨਾਲ ਹੀ ਦਾੜੀ ਲੱਜਦੀ ਸੰਗਤ ਬੈਠੀ ਕਿਉਂਕਿ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਕਲਾਕਾਰ ਕਿੱਦਾਂ ਗਾਉਣਾ ਜੋ ਪੁੱਠੀਆਂ ਲੱਗਦੀਆਂ ਔਰ ਸਾਡੀਆਂ ਭੈਣਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਨਾਮ ਤਹਿ ਦਿਲੋਂ ਸ਼ੁਕਰੀਆ ਅਦਾ ਨੌ ਗੱਜਾ ਪੀ ਸਰਕਾਰ ਦੇ ਚਰਨਾਂ ਵਿੱਚੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਨਾਮ ਕਿਉਂਕਿ ਸ਼ਹਿਨਸ਼ਾਹ ਦੀ ਜਿਹੜੀ ਹੈ ਇਹਨਾਂ ਦੇ ਚਰਨਾਂ ਵਿੱਚ ਜਿਹੜੀਆਂ ਹਾਜ਼ਰੀਆਂ ਭਰੀਆਂ ਬੈਠੀਆਂ ਨਹੀਂ ਜਾਂਦੀਆਂ ਕਿਉਂਕਿ ਬਹੁਤ ਕੁਛ ਸਾਡੇ ਵਰਗੇ ਨਿਮਾਣਿਆਂ ਨੂੰ ਸਿੱਖਣ ਲਈ ਮਿਲਦਾ ਹੈ ਜਦੋਂ ਬੰਦਾ ਸਿੱਖ ਲੈਂਦਾ ਤਾਂ ਆਪਣੇ ਆਪ ਸ਼ਹਿਨਸ਼ਾਹ ਜਿਹੜਾ ਹੈ ਬਹੁਤ ਸਾਰੀਆਂ ਤਰੱਕੀਆਂ ਬਖਸ਼ਦਾ ਹੈ ਜਕਾਰਾ ਨੌ ਗੱਜਾ ਪੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਮਸਤਾਰੀ ਜੈ ਸੰਗੀ ਡਾਕਟਰ ਜੈਕਸ਼ਨ ਲਾਂਬੜੀ ਡਾਕਟਰ ਪਰਮਿੰਦਰ ਜਿਹੜੂ ਜੀ ਮਿਹੜੂ ਜੀ ਡਾਕਟਰ ਸੁਨੀਲ ਕਲਿਆਣਪੁਰ ਜੀ ਡਾਕਟਰ ਨਰੇਸ਼ ਡਾਕਟਰ ਜਗਿੰਦਰ ਪਾਲ ਜੀ ਡਾਕਟਰ ਮਦਨ ਜੀ ਚੇਅਰਮੈਨ ਰਾਵੀਆ ਪੈਰ ਮੈਡੀਕਲ ਇੰਟਰਥਿਊਸ ਨਕੋਦਰ ਮੋਹਿਤ ਸਹੋਤਾ ਨਕੋਦਰ ਗਰੀਬ ਲਾਲ ਖੁੱਲੀਵਾਲ ਸਫਰੀ ਮੈਡੀਕਲ ਕੈਂਪ ਸਾਹਮਣੇ ਚੱਲ ਰਿਹਾ ਹੈ ਦੁੱਖਾਂ ਦਾ ਨਾਸ਼ ਕਰਦੇ ਨੇ ਸਰਕਾਰ ਦਾ ਤਾਂ ਨਗੋਜਾ ਵੀਰ ਜੀ ਦਵਾਈ ਦਾ ਤੇ ਇੱਕ ਬਹਾਨਾ ਹੈ ਸੋ ਅਗਰ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਦਵਾਈ ਲੈ ਸਕਦਾ ਹੈ ਨਗੋਜਾ ਪੀਰ ਦਰਬਾਰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣਗੇ ਨਗੋਜਾ ਪੀਰ ਦਰਬਾਰ ਦੇ ਨਾਂ ਦੀ ਜ਼ੋਰਦਾਰ ਤਾੜੀ ਜਿੰਨੇ ਸੇਵਾਦਾਰ ਲੰਗਰ ਵਾਲੇ ਨੇ ਕਿਉਂਕਿ ਇੱਧਰ ਬੱਬੂ ਜੀ ਸਾਡੇ ਪਿਆਰਾ ਭਾਜੀ ਪਿਆਰਾ ਸਿੰਘ ਜੀ ਬਹੁਤ ਸਨਮਾਨ ਦੇ ਗਏ ਨੇ ਧੰਨਵਾਦ ਕਰਦੇ ਹਾਂ ਵਿਨੋਦ ਚੌਪੀ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਟੇਜ ਨੂੰ ਸੰਭਾਲਿਆ ਮੈਂ ਤੁਹਾਨੂੰ ਸ਼ੁਕਰਗੁਜ਼ਾਰ ਹੈ ਧੰਨਵਾਦ ਕਰਦੇ ਹਾਂ ਔਰ ਸਾਡੇ ਨੌ ਗਜਾ ਇੱਛਾਧਾਰੀ ਲਗਤਾਦਾ ਜੀ ਦੇ ਦਰਬਾਰ ਦੇ ਉੱਤੇ ਜਿੰਨੀ ਵੀ ਸੰਗਤ ਵਿਰਾਜਮਾਨ ਹੋਈ ਹੈ ਦੋਨੇ ਹੱਥ ਖੜੇ ਕਰਕੇ ਜੈਕਾਰਾ ਲਾਉਣਾ ਹੈ ਲਓ ਜੀ ਸੇਵਾ ਦਾ ਪ੍ਰਤੀਨਿਸ਼ੀ ਦਾਦਾ ਜੀ ਦੇ ਦਰਬਾਰ 'ਤੇ ਸਾਈਂ ਸੁਰਿੰਦਰ ਸ਼ਾਹ ਜੀ ਔਰ ਜਿੰਨੀ ਵੀ ਸੰਗਤ ਵਿਰਾਜਮਾਨ ਹੈ ਸਾਡੇ ਸਾਈਂ ਜੀ ਪਹੁੰਚੇ ਹੋਏ ਨੇ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਔਰ ਗੋਕਾ ਜਾਰ ਵੀਰ ਜੀ ਤਿੰਨ ਗੱਡੀਆਂ ਤੋਂ ਦਰਬਾਰ 'ਤੇ ਹਾਜ਼ਰੀ ਲਾਉਂਦੇ ਨੇ ਧੰਨਵਾਦ ਕਰਦੇ ਹਾਂ ਔਰ ਸਾਡੇ ਪੱਪੀ ਭਾਜੀ ਦਰਬਾਰ ਤੋਂ ਮਿਲੀ ਹੈ ਦਾਤਾ ਦੇ ਦਰਬਾਰ ਤੇ ਜੋ ਨੰਗੇ ਪੈਰੀ ਸੇਵਾ ਕਰਦੇ ਨੇ ਹਮੇਸ਼ਾ ਸਾਡੇ ਬੱਬੂ ਵੀਰ ਜੀ ਇਹ ਕਾਕੇ ਦਾ ਨਾਮ ਦੱਸ ਦਿਓ ਮੈਨੂੰ ਆ ਕੇ ਮਾੜਾ ਜਿਹਾ ਮੇਰੇ ਕੋਲ ਆ ਕੇ ਨਾਮ ਦੱਸ ਦਿਓ ਕਾਕੇ ਦਾ ਮਿਹਰਬਾਨੀ ਹੈ ਸਾਡੇ ਬੱਬੂ ਵੀਰ ਜੀ ਬਹੁਤ ਸਾਰਾ ਮਾਣ ਦਾਤਾ ਦੇ ਦਰਬਾਰ ਤੇ ਇਹ ਛੋਟਾ ਜਿਹਾ ਬੱਚਾ ਆਪਣੇ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ ਆਸ਼ੂ ਜੀ ਹਲੋ ਢੋਲ ਵਾਲੇ ਵੀਰ ਹਲੋ ਤੁਸੀਂ ਜਾਓ ਜੀ ਹੁਣ ਤੁਹਾਡਾ ਕੰਮ ਸਮਾਪਤ ਹੋ ਗਿਆ ਜਾਓ ਸ਼ਾਬਾਸ਼ ਬੜੀ ਮਿਹਰਬਾਨੀ ਹੈ ਸਾਡੇ ਦਾਤਾ ਸਰਕਾਰ ਨਹੀਂ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਦਾਤਾ ਜੀ ਦੇ ਦਰਬਾਰ ਤੋਂ ਪ੍ਰਾਪਤ ਹੋ ਰਿਹਾ ਹੈ ਸਾਰਿਆਂ ਨੂੰ ਆਸ਼ੂ ਜੀ ਦਾਤਾ ਨੇ ਲੋਹੜੀ ਦਿੱਤੀ ਹੈ ਦਾਤਾ ਜੀ ਨੇ ਪਿਆਰ ਦਿੱਤਾ ਹੈ ਆਸ਼ੂ ਜੀ ਨੂੰ ਸੋ ਸਾਡੇ ਦਾਤਾ ਜੀ ਨੇ ਇਸ ਬੱਚੇ ਨੂੰ ਪਿਆਰ ਦਿੱਤਾ ਹੈ ਸਤਿਕਾਰ ਦੇ ਨਾਲ ਸਟੇਜ ਸੰਭਾਲੇ ਤਹਿ ਦਿਲ ਸ਼ੁਕਰਗੁਜ਼ਾਰ ਹੈ ਔਰ ਨੌ ਗਜਾ ਇੱਛਾਧਾਰੀ ਲਗਤਾਦਾ ਜੀ ਦੇ ਦਰਬਾਰ 'ਤੇ ਸੇਵਾਦਾਰ ਸਾਈਂ ਜੀ ਗੱਦੀ ਨਸ਼ੀਨ ਸਾਈਂ ਸੁਰਿੰਦਰ ਸ਼ਾਹ ਜੀ ਔਰ ਜਿੰਨੀ ਵੀ ਸੰਗਤ ਇਸ ਪੰਡਾਲ ਦੇ ਵਿੱਚ ਵਿਰਾਜਮਾਨ ਹੋਈ ਹੈ ਸਾਰਿਆਂ ਨੂੰ ਅਲੱਗ ਅਲੱਗ ਮੁਬਾਰਕਬਾਦ ਨੇ ਅੱਜ ਦੇ ਮੇਲੇ ਦੇ ਦਿਹਾੜੇ 'ਤੇ ਚਲੋ ਜੀ ਰਾਮਾ ਫਕੀਰ ਜੀ ਐਂਡ ਨੀਲੂ ਬੇਗਮ ਜੀ
दादा जी के दरबार से हाजिरी लाने आ रहे हैं। उस तो पहले एक साजा की हाजिरी दादा जी के दरबार से शाह जी लामड़ी तो दाता बिंदर शाह जी लामड़ी तो पहुंचे ने धन्यवाद करते हैं सारे का जी। दाता जिंदर शाह जी लामड़ी तो पहुंचे ने धन्यवाद करते हैं जी। नीलो बेगम गामा फकीर और लो जी उन्होंने बेनती है जी एक बार ताड़ियां का गास हो जाए जी। तो सूफिया गुलाम साड़ी ड्यूट सिंगर थोड़ी थोड़ी नजर कर जा रहे हैं गामा फकीर एंड नीलो बेगम जी दादा जी दरबार के विच हाजिर हो रहे हैं। सुरिंदर शाह जी जिन्हों के सदे से असी जिन्हों के हुक्म से आप जी के दर्शन कर आए हैं और शुक्रिया अदा करदा साडे बापू जी कुलविंदर सिंह चुटकला रूह नाल ही है जी कोई गल नहीं रूह नाल होनी चाहिए है बुत तो मिट्टी आ कि भी मिट्टी हो सकता और जिनी भी संगत बैठी है ज्यादा गल् नहीं आपको ना आप कोई इतिहासकार आप एक एंटरटेनमेंट करना है वो दे नाम के रूह खुश होनी चाहिए बस जिनी भी संगत है दो हाथ दिते ही है रब ने भैन दिते वीर दिते जे खड़े उन्होंने भी दिते आई चट लो अदा सच्ची सरकार का बोल सच्चे दरबार की क्योंकि एको ही सरकार सच्ची है उ सारे च वसती है बहुत वधिया साउंड दाता चढ़ती कला बख्शे महेश 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 शब्द महेश डीजे मेरा पीर
ਚੜ੍ਹਦੀ ਕਲਾ ਬਖਸ਼ੇ ਔਰ ਜਿੰਨੀਆਂ ਮਹਿਨਾਜ ਰੂਹਾਂ ਜਿੰਨੇ ਵੀ ਪੀਰ ਫਕੀਰ ਬੈਠੇ ਆ ਮੇਰਾ ਸਜਦਾ ਸਲਾਮ ਸਾਰਿਆਂ ਨੂੰ ਬਾਬਿਓ ਨਾਲ ਹੀ ਆਪਾਂ ਸ਼ੁਰੂ ਕਰਦੇ ਹਾਂ ਕਿਉਂਕਿ ਗੱਲ ਇੱਕ ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚੱਖਣਾ ਚਾਹ ਇਤਿਹਾਸ ਆਪਾਂ ਉਹਦਾ ਕੀ ਫਰੋਲ ਸਕਦੇ ਹਾਂ ਕਿਉਂਕਿ ਜਿਹਨੇ ਸਾਰੀ ਦੁਨੀਆਂ ਨੂੰ ਪੈਦਾ ਕੀਤਾ ਸਾਰੀ ਦੁਨੀਆਂ ਬਣਾਤੀ ਜਿਹਨੇ ਆਪਾਂ ਉਹਦੀ ਮਹਿਮਾ ਆਪਣੇ ਬਹੁਤ ਛੋਟੀ ਜ਼ਬਾਨ ਹੈ ਜਿਹਦੇ ਨਾਲ ਆਪਾਂ ਮਹਿਮਾ ਨਹੀਂ ਕਰ ਸਕਦੇ ਗੁਣ ਗਾਣ ਕਰ ਸਕਦੇ ਜੀ ਉਹ ਆਪ ਜੀ ਨਾਲ ਕੁਛ ਨਹੀਂ ਲੱਗਦਾ ਗੈਨ ਤੇ ਇੱਕ ਨੁਕਤਾ ਲੱਗ ਜਾਂਦਾ ਜਿਹੜਾ ਬੰਦਾ ਬੇਗੁਰਾ ਹੁੰਦਾ ਉਹ ਐਨ ਹੁੰਦਾ ਜੀ ਤੇ ਨੁਕਤਾ ਲੱਗ ਜਾਂਦਾ ਗੁਰੂ ਦਾ ਉਹ ਗੈਨ ਬਣ ਜਾਂਦਾ ਪੀਰ ਮੇਰਾ
संगत है बाबा जी ने ना तो मुकदी नहीं भावे सौ सौ पंड पढ़ाई गुरबाणी पढ़नी बड़ी कठिन है। असी सिंगर लोग हाँ, कोई संथ्या नहीं लई। नौ दर फीके धावत राहे दसवें निज कर वासा पाए, जिथे अनहद राग वजे दिन राती गुरमति शब्द सुनावने। गुरु की याद विच, ओ मालक की याद विच, अल्लाह की याद विच, वाहिगुरु की याद विच, चाहे राम राम कह ले, चाहे कह ले अल्लाह अल्लाह, होनी गुरु तो बिना नहीं तेरी कितने भी तसला। जिन्ने चिर गुरु रास्ता ना दसूगा तो अपन की कितने है, भावे बिच ही है सब कुछ।
ਉਹਦੀ ਯਾਦ ਚ ਦੀਵਾਨੇ ਹੋਣਾ ਪੈਂਦਾ ਫਿਰ ਕਿਤੇ ਉਹਦਾ ਘਰ ਲੱਭਦਾ ਕਮਲੀਆ ਯਾਰ ਦੀ ਕਮਲੀਆ ਦੀ ਮੈਂ ਕਮਲੀਆ।
ਸਿੰਘ ਦੇ ਦਰਬਾਰ ਤੇ ਤਾੜੀ ਤੀਰ ਹੁੰਦਾ ਅੰਬਰ ਕੇ ਮੇਘਲਾ ਨਦੀ ਦੇ ਵਿੱਚ ਆਵੇ ਤਾਂ ਫਿਰ ਨਦੀ ਦਾ ਉਜੜਾ ਨੀਰ ਹੁੰਦਾ ਹੱਥ ਟੱਪ ਕੇ ਔਲੀਆ ਬਣੇ ਕੋਈ ਕੋਈ ਜੋ ਬੇਹੱਦ ਟੱਪੇ ਉਹ ਪੀਰ ਹੁੰਦਾ ਉਹ ਜਿਹੜਾ ਹੱਦ ਬੇਹੱਦ ਨੂੰ ਟੱਪ ਜਾਵੇ ਦਰਸ਼ਨ ਸਿੰਘਾਂਓ ਅਸ ਇਸ਼ਕ ਭੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਇਸ਼ਕ ਭੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ।
अखियां दे विच ही वसन लिया, अखियां च रब वसदा कोई दूर नहीं।